ਜਦੋਂ ਦੇਣ ਤੇ ਆਉਂਦਾ ਨਾ ਬਾਬਾ, 58 ਸਾਲ ਦੀ ਬੀਬੀ ਵੀ ਫਿਰ ਮਾਂ ਬਣਦੀ ਹੈ। ਫਿਰ ਉਦੋਂ ਨਹੀਂ ਵੇਖਦਾ ਕਿ ਪ੍ਰੋਸੈਸ ਕੀ ਹੈ, ਇਹਦੀਆਂ ਫਾਰਮੈਲਿਟੀਜ਼ ਕੀ ਨੇ। ਸੋ ਮੈਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਕੁਛ ਰਹਿ ਜਾਂਦਾ, ਪਰ ਜਿਹਨੂੰ ਉਹ ਦੇਣਾ ਚਾਹੁੰਦਾ ਹੈ, ਜਿਹਨੂੰ ਉਹ ਦੇਣਾ ਚਾਹੁੰਦਾ। ਅੱਜ ਇਸ ਦਿਨ ਉਹ ਛੋਟਾ ਵੀਰ ਆਇਆ ਸਿੱਧੂ ਸਾਹਿਬ ਦੇ ਘਰੇ, ਮੈਂ ਉਦੋਂ ਦਾ ਬੈਠਾ ਆਪਦੇ ਘਰੇ, ਕਿਉਂਕਿ ਮੇਰੇ ਆਪਦੇ ਘਰੇ ਖੇਡਾਂ ਵਾਪਰੀਆਂ। ਸਾਡੀ ਦੋਨੇ ਭਰਾਵਾਂ ਦੀ ਇੱਕ ਭੈਣ ਹੈ, ਸਾਥੋਂ ਵੱਡੀ ਹੈ। 18 ਸਾਲਾਂ ਬਾਅਦ ਮਹਾਰਾਜ ਨੇ ਉਹਨੂੰ ਹੁਣ ਨਾਮ ਨਿਹਾਲ ਸਿੰਘ ਬਖਸ਼ਿਆ ਹੈ, 18 ਸਾਲਾਂ ਬਾਅਦ। ਇਹ ਖੇਡਾਂ ਬਾਬਾ, ਇਹ ਖੇਡਾਂ ਸੱਚੇ ਪਾਤਸ਼ਾਹ ਦੀਆਂ। ਬਸ ਪੰਜਾਬ ਵਾਲਿਓ, ਜੇ ਕੋਈ 2-4 ਸਾਲ ਬੱਚਾ ਨਹੀਂ ਹੁੰਦਾ ਨਾ, ਕਿਸੇ ਕੁੱਖ ਨੂੰ ਭਾਗ ਜੇ ਨਹੀਂ ਲੱਗੇ, ਬਾਬਿਆਂ ਕੋਲ ਨਾ ਭੱਜਿਓ, ਉਹ 9ਵੇਂ ਪਾਤਸ਼ਾਹ ਵਾਲੇ ਪਾਸੇ ਚਲੇ ਜਾਇਓ। ਉਹ 26 ਸਾਲ ਦਾ ਸਫ਼ਰ, ਉਹ 26 ਸਾਲ ਦਾ ਸਬਰ, ਉਹ ਦੇਖ ਲਿਓ। ਉਹਨੂੰ ਤਾਂ ਆਪ ਕਹਿੰਦੇ ਵੀ ਤੂੰ ਆਪ ਭਗਵਾਨ ਹੈ, ਤੂੰ ਕਿਹਤੋਂ ਮੰਗਣਾ ਹੈ। ਉਹ ਵੀ ਕਹਿੰਦਾ ਵੀ ਤੇਰਾ ਭਾਣਾ ਹੈ, ਤੇਰੀ ਰਜ਼ਾ ਹੈ, ਜਦੋਂ ਦੇਣਾ ਹੋਇਆ ਉਦੋਂ ਦੇ ਦੀ। ਫਿਰ ਐਸਾ ਭੇਜਿਆ, ਕਮਾਲ ਹੀ ਕਰਤੀ। ਤਾਂ ਆਪਾਂ ਉਹਨਾਂ ਸਬਰਾਂ ਵਾਲੇ, ਉਹਨਾਂ ਸ਼ੁਕਰਾਂ ਵਾਲੇ ਹੈ, ਅਸੀਂ ਉਂਗਲ ਟੇਢੀ ਕਰਕੇ ਵਾਲੇ ਨਹੀਂ ਵੀ ਨਹੀਂ ਇੱਥੇ ਕਰੀ ਜਾਓ। ਇੱਥੇ ਇੱਕੋ ਹੀ ਫਲਸਫਾ ਫੜ ਲਓ, ਦੱਦਾ ਦਾਤਾ ਏਕ, ਇੱਕੋ ਹੀ ਹੈ। ਵਿਦ ਕੋਈ ਬਣਾ ਦੇ, ਪਰ ਐਂ ਨਾ ਕਿਉਂ ਵੀ ਉਹਦੇ ਬੋਲਣਾ ਹੋ ਗਿਆ, ਉਹਦੇ ਬੋਲਣਾ ਨਹੀਂ ਬਾਬਾ, ਨਹੀਂ ਨਹੀਂ। ਜਿਹੜਾ ਉਹਦਾ ਸ਼ਰੀਕ ਬਣ ਕੇ ਧੀਆਂ ਪੁੱਤ ਬਣਦਾ ਫਿਰਦਾ ਨਾ, ਸਮਝ ਲਿਓ ਹਜੇ ਫਿਰ ਰਿੱਧ ਸਿੱਧ ਜੀ ਫਿਰਦੀ ਹੈ ਗੱਲ, ਹਜੇ ਮੁਕਤੀ ਵਾਲੇ ਪਾਸੇ। ਉਹ ਸੰਤ ਜੀ ਨੂੰ ਕਹਿੰਦੇ ਹੈ, ਜਿਹਦੀ ਮਹਿਮਾ ਅਪਰੰਪਾਰ ਹੈ, ਉੱਥੇ ਗਰਾਰੀ ਫਸੀ ਨਹੀਂ ਹਜੇ। ਇਹ ਛੱਲਾ ਨਾਓ ਨਾਓ ਖੇਵੇ ਗੱਲ ਸੁਣ ਚੱਲਿਆ ਉਹ ਕਾਵਾਂ ਵੇ ਮਾਵਾਂ ਠੰਡੀਆਂ ਛਾਵਾਂ।